ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਸਟ ਵੇ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ, ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਧਮਾਨ, ਜਿੱਥੇ ਕਿ ਸਾਡੇ ਨਾਲ ਆਮ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਜੀ ਮੌਜੂਦ ਹਨ। ਆਓ ਆਪਾਂ ਉਹਨਾਂ ਦੇ ਨਾਲ ਪਾਰਟੀ ਬਾਰੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਆਮ ਪਾਰਟੀ ਕਦੋਂ ਜੁਆਇਨ ਕੀਤੀ ਸੀ ਆਪਾਂ? ਸਰ ਮੈਂ 2021 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ। ਅੱਛਾ ਅੱਛਾ ਸਰ, ਆਪਾਂ ਗੱਲ ਕਰਦੇ ਹਾਂ ਕਿ ਪਿੰਡ 'ਚੋਂ ਬੂਥ ਨੂੰ ਕਿੰਨੀਆਂ ਵੋਟਾਂ ਨੇ ਜਿਤਾਇਆ ਤੁਸੀਂ? ਸਰ ਆਪਾਂ 232 ਵੋਟਾਂ ਪਿੰਡ ਦੇ ਵਿੱਚੋਂ ਪਾਈਆਂ ਨੇ, ਜਿਹਦੇ ਵਿੱਚ ਅਸੀਂ 12 ਵੋਟਾਂ ਦੇ ਨਾਲ ਬੂਥ ਤੋਂ ਪਿੰਡ ਤੋਂ ਜਿੱਤੇ ਹਾਂ ਬੂਥ ਵਿੱਚ। ਠੀਕ ਹੈ ਜੀ। ਹਾਂਜੀ ਸਰ। ਅੱਛਾ ਜੀ। ਅੱਛਾ ਸਰ, ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ ਪੰਨੂ ਸਾਹਿਬ ਨੇ, ਉਹਨਾਂ ਦਾ ਪਬਲਿਕ ਨਾਲ ਵਿਚਰਨਾ, ਪਬਲਿਕ ਨੂੰ ਡੀਲ ਕਰਨਾ ਕਿਵੇਂ ਦਾ ਲੱਗਦਾ ਤੁਹਾਨੂੰ? ਸਰ ਉਹ ਬਹੁਤ ਵਧੀਆ ਨੇਕ ਇਨਸਾਨ ਨੇ, ਬਲਬੀਰ ਸਿੰਘ ਪੰਨੂ ਸਾਹਿਬ ਜੀ। ਸਰ ਮਤਲਬ ਹਰ ਇੱਕ ਇਨਸਾਨ ਨਾਲ ਬਹੁਤ ਵਧੀਆ ਵਿਹਾਰ ਕਰਦੇ ਨੇ, ਹਰ ਇੱਕ ਦੀ ਗੱਲ ਸੁਣਦੇ ਨੇ ਜੀ। ਕੋਈ ਵੀ ਉਹਦੇ ਕੋਲ ਉਹਨਾਂ ਕੋਲ ਮਤਲਬ ਕੋਈ ਲੈ ਕੇ ਜਾਂਦਾ, ਆਪਣੀ ਕੋਈ ਵੀ ਪੰਨੂ ਸਾਹਿਬ ਕੋਲ ਕੋਈ ਕੰਮ ਲੈ ਕੇ ਜਾਈਏ, ਉਸੇ ਵੇਲੇ ਉਹਦਾ ਮੁਸ਼ਕਲ ਦਾ ਹੱਲ ਕਰ ਦਿੰਦੇ ਨੇ। ਬਹੁਤ ਵਧੀਆ ਇਨਸਾਨ ਨੇ, ਹਲਕੇ ਦੇ ਵਿੱਚ ਹਰੇਕ ਇਨਸਾਨ ਦੀ ਬਹੁਤ ਸੁਚੱਜੇ ਢੰਗ ਨਾਲ ਸੁਣਦੇ ਨੇ ਔਰ ਉਹਨਾਂ ਦੇ ਕੰਮ ਵੀ ਕਰਦੇ ਨੇ ਜੀ। ਅੱਛਾ ਸਰ, ਪਹਿਲਾਂ ਕਿਹੜੀ ਪਾਰਟੀ ਨਾਲ ਸੰਬੰਧ ਹੁੰਦੇ ਸੀ? ਪਹਿਲਾਂ ਸਾਰਾ ਹੀ ਕਾਂਗਰਸ ਨਾਲ ਸੀਗੇ। ਅੱਛਾ ਸਰ, ਕੀ ਕਾਰਨ ਬਣਿਆ ਕਿ ਕਾਂਗਰਸ ਨੂੰ ਅਲਵੀ ਦਾ ਕਹਿ ਕੇ ਆਮ ਪਾਰਟੀ ਜੁਆਇਨ ਕੀਤੀ? ਸਰ ਇੱਦਾਂ ਹੀ ਕੋਈ ਨਾ ਕੋਈ ਮੁਸ਼ਕਲ ਜੀ ਪੈ ਜਾਂਦੀ ਸੀ ਜੀ, ਜਿਹਦੇ ਕਰਕੇ ਸਾਨੂੰ ਕਾਂਗਰਸ ਨੇ ਛੱਡਣੀ ਪਈ ਅਤੇ ਅਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜੀ। ਅੱਛਾ ਸਰ, 11 ਮਹੀਨੇ ਹੋ ਗਏ ਆ ਆਮ ਦੀ ਸਰਕਾਰ ਬਣੀ ਨੂੰ, ਕਿ ਸਰ ਹੁਣ ਸਾਰੇ ਵਾਅਦੇ ਪੂਰੇ ਹੋਣਗੇ? ਸਰ ਤਕਰੀਬਨ ਸਾਰੇ ਹੀ ਹੋਣਗੇ, ਬਹੁਤ ਵਧੀਆ ਕੰਮ ਹੋਣੇ। ਪਰ ਸਰ ਕਿੰਨੇ ਕੁ ਵਾਅਦੇ ਪੂਰੇ ਹੋ ਚੁੱਕੇ ਅਤੇ ਕਿੰਨੇ ਕੁ ਅਧੂਰੇ ਆ? ਸਰ ਜਿੰਨੇ ਵੀ ਕੀਤੇ, ਜਿੱਦਾਂ ਬਿਜਲੀ 600 ਯੂਨਿਟ ਮਾਫ਼ ਕੀਤੀ ਸੀਗੀ, ਉਹ ਵੀ ਪੂਰੀ ਹੋ ਗਈ ਆ। ਹਰੇਕ ਇਨਸਾਨ ਦਾ ਜੀਰੋ ਬਿੱਲ, ਹਰ ਇੱਕ ਘਰ ਦੇ ਵਿੱਚ ਜੀਰੋ ਬਿੱਲ ਆ ਰਿਹਾ ਵਾ ਜੀ। ਕੋਈ ਘਰ ਹੋਣਗੇ ਜਿਨ੍ਹਾਂ ਦਾ ਕੋਈ ਆਪਣੇ ਹਿਸਾਬ ਦੇ ਨਾਲ ਚਲਾਉਂਦੇ, ਉਹਨਾਂ ਦਾ ਕੋਈ ਥੋੜ੍ਹਾ ਬਹੁਤ ਆ ਵੀ ਜਾਂਦਾ ਵਾ, ਲੇਕਿਨ ਬਹੁਤੇ ਜਿਹੜੇ ਆ ਜੀਰੋ ਬਿੱਲ ਹੀ ਆ ਰਹੇ ਨੇ ਜੀ। ਹਾਂਜੀ ਸਰ। ਅੱਛਾ ਜੀ। ਅੱਛਾ ਸਰ, ਜਿਵੇਂ ਹੁਣ ਮੁਹੱਲਾ ਕਲੀਨਿਕ ਇਹਨਾਂ ਨੇ ਖੋਲ੍ਹੇ ਨੇ, 500 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਕੀਤਾ ਵਾ ਇਸ਼ੂ, ਸਰ ਉੱਥੇ ਹੁਣ ਦਵਾਈਆਂ ਪ੍ਰੋਪਰ ਮਿਲਿਆ ਕਰਨਗੀਆਂ? ਮਿਲਣਗੀਆਂ ਜੀ ਸਾਥੀ, ਮਿਲ ਰਹੀਆਂ। ਜਿਹੜੇ ਤਕਰੀਬਨ 2-4 ਦਿਨ ਹੋ ਗਏ ਸਰ ਮੁਹੱਲਾ ਕਲੀਨਿਕ ਦਾ ਉਦਘਾਟਨ ਹੋਇਆ, ਸਾਡੇ ਹਲਕੇ ਦੇ ਵਿੱਚ ਵੀ 4 ਮੁਹੱਲਾ ਕਲੀਨਿਕ ਬਣੇ ਨੇ ਜੀ। ਸਰ ਬਹੁਤ ਵਧੀਆ ਸੁਚੱਜੇ ਢੰਗ ਨਾਲ ਚੱਲ ਰਹੇ ਨੇ, ਕੋਈ ਇਸ਼ੂ ਨਹੀਂ ਹੈਗਾ ਉਹਨਾਂ ਦੇ ਜੀ। ਅੱਛਾ ਜੀ। ਅੱਛਾ ਸਰ, ਇੱਕ ਤਾਂ ਕੀ ਨਾਂ ਲੈਂਦੇ, ਪਿੱਛੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ, 4.5 ਸਾਲ ਹੋ ਗਏ ਪੰਚਾਇਤਾਂ ਬਣੀਆਂ ਨੂੰ, ਉਹ ਟਾਈਮ ਦੇ ਵਿੱਚ ਤੁਹਾਡੇ ਪਿੰਡ ਦਾ ਕੀ ਵਿਕਾਸ ਹੋਇਆ? ਸਰ ਸਾਡੇ ਪਿੰਡ ਦੇ ਵਿੱਚ ਕਾਂਗਰਸ ਦੇ ਵੇਲੇ ਗਲੀਆਂ ਦਾ, ਆਪਣਾ ਪਿੰਡ ਦੀਆਂ ਜਿਹੜੀਆਂ ਗਲੀਆਂ ਸੀ ਉਹਨਾਂ ਦਾ ਹੋਇਆ ਵਾ ਥੋੜ੍ਹਾ ਬਹੁਤਾ ਕੰਮ, ਬਾਕੀ ਸਾਰਾ ਇੱਦਾਂ ਹੀ ਪਿਆ ਆ, ਕੋਈ ਇੰਨਾ ਕੰਮ ਨਹੀਂ ਹੋਇਆ। ਅੱਛਾ ਸਰ, ਅਸੀਂ ਆਪ ਕਰਵਾ ਰਹੇ ਹੁਣ ਥੋੜ੍ਹਾ ਕੰਮ ਜਿੰਨਾ ਵੀ ਬਚਿਆ ਵਾ, ਕੋਈ ਸਟੇਡੀਅਮ ਦਾ ਕੰਮ ਆ ਜੀ, ਆਪਣੇ ਰਸਤੇ ਕੱਚਿਆਂ ਦਾ ਕੰਮ ਵਾ ਜੀ, ਅਤੇ ਸਰ ਛੱਪੜ ਦਾ ਕੰਮ ਹੀ ਪ੍ਰੋਪਰ ਹੋ ਰਿਹਾ ਵਾ ਜੀ, ਹੋ ਹੀ ਗਿਆ ਤਕਰੀਬਨ। ਜਿਹੜਾ ਆਪਣਾ ਗਲੀਆਂ ਨਾਲੀਆਂ ਦਾ ਕੰਮ ਸੀਗਾ ਉਹ ਅਸੀਂ ਕਰਵਾ ਰਹੇ ਹਾਂ ਜੀ। ਹਾਂਜੀ ਸਰ। ਅੱਛਾ, ਆਮ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਦਾ ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਜਾ ਰਿਹਾ ਹੈ, ਬੜੇ ਹੀ ਸੁਚੱਜੇ ਢੰਗ ਦੇ ਨਾਲ ਪਿੰਡ ਦੇ ਵਿੱਚ ਕੰਮ ਹੋ ਰਿਹਾ ਹੈ, ਕਰਵਾ ਰਹੇ ਹਾਂ ਜੀ। ਹਾਂਜੀ ਸਰ। ਅੱਛਾ ਜੀ। ਅੱਛਾ ਸਰ, ਗਲੀਆਂ ਨਾਲੀਆਂ ਦੇ ਉੱਤੇ ਕੋਈ ਮੰਨ ਲਓ ਜਿੱਦਾਂ ਗਰਾਊਂਡ ਹੋਵੇ, ਬਣੀ ਹੋਵੇ, ਜਿੱਦਾਂ ਮੰਨ ਲਓ ਪਿੰਡ ਦੇ ਵਿੱਚ ਕੋਈ ਵੇਟ ਆਪਾਂ ਲਿਆ ਕੇ ਪੰਚਾਇਤ ਘਰ ਰੱਖ ਦਈਏ, ਕਿ ਜਿੱਦਾਂ ਬੱਚਿਆਂ ਨੂੰ ਚੰਗੀ ਸਿਹਤ ਮਿਲੇ, ਜਿਹੜੇ ਬੱਚੇ ਜਿਹੜੇ ਨਸ਼ੇ ਵਾਲਾ ਧਿਆਨ ਰੱਖਦੇ ਆ ਉਹ ਵਰਕਆਊਟ ਕਰਨ, ਆਪਣਾ ਸਭ ਕੁਝ ਫਿਟਨੈਸ ਵਾਸਤੇ ਵੇਟ ਵੂਟ ਵਗੈਰਾ ਧਿਆਨ ਲਾਵੇ, ਉੱਧਰ ਬੱਚਿਆਂ ਦਾ ਧਿਆਨ ਹੋਵੇ ਖੇਡਾਂ ਵਾਲੇ ਪਾਸੇ। ਹਾਂਜੀ ਸਰ। ਇਹ ਸਰ ਮੰਗਵਾਉਣਾ ਚਾਹੁੰਦੇ ਤੁਸੀਂ ਸਾਰੇ? ਹਾਂਜੀ ਹਾਂਜੀ, ਮੰਗਵਾਉਣਾ ਚਾਹੁੰਦੇ। ਪਹਿਲਾਂ ਸਾਡੇ ਘਰ ਦੇ ਵਿੱਚ ਕੋਈ ਵੀ ਹੈਲਥ ਵਾਸਤੇ ਜਿੰਮ ਜੁੰਮ ਵਗੈਰਾ ਕੁਛ ਨਹੀਂ ਆ, ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿੰਮ ਵੀ ਆਵੇ, ਕੋਈ ਇਹੋ ਜਿਹੀਆਂ ਕਿਤਾਬਾਂ ਹੋਣ ਜਿਹੜੀਆਂ ਮਤਲਬ ਨਸ਼ੇ ਤੋਂ ਰਹਿਤ ਹੋਣ ਜੀ, ਉਹਨਾਂ ਤੋਂ ਸੁਚੱਜੇ ਢੰਗ ਨਾਲ ਸਾਨੂੰ ਕੋਈ ਉਹਨਾਂ ਤੋਂ ਸਿੱਖਿਆ ਮਿਲੇ ਜੀ, ਅਸੀਂ ਉਹ ਚੀਜ਼ਾਂ ਲਿਆਉਣੀਆਂ ਚਾਹੁੰਦੇ ਹਾਂ ਸਰ ਜੀ, ਨਸ਼ਿਆਂ ਤੋਂ ਜਿਹੜਾ ਸਾਡੇ ਅੱਜ ਕੱਲ੍ਹ ਦੀ ਪੀੜ੍ਹੀ ਆ ਜੀ ਦੂਰ ਰਹੇ ਜੀ ਜੀ। ਅਸੀਂ ਗਰੀਬਾਂ ਦੇ ਕਾਰਨ ਹੀ ਬਣੇ ਹੈਗੇ ਕਣਕ ਦੇ, ਸਰ ਸੈਂਟਰ ਗੌਰਮੈਂਟ ਦੀ ਸਕੀਮ ਆ, ਵੱਡੇ ਵੱਡੇ ਬੰਦੇ ਆਉਂਦੇ ਜਿਨ੍ਹਾਂ ਦੀ 50-50 60-60 ਕਿੱਲੇ ਪੈ ਹੀ ਆ, ਸਰ ਉਹ ਵੱਡੀਆਂ ਵੱਡੀਆਂ ਕਾਲਾਂ 'ਤੇ ਆਉਂਦੇ, ਕਣਕ ਲੈ ਜਾਂਦੇ, ਕਣਕ ਨੂੰ ਜਾ ਕੇ ਸੇਲ ਕਰਦੇ ਆ, ਖਾਂਦੇ ਉਹ ਹੈ ਨਹੀਂ, ਅਤੇ ਸਰ ਗਰੀਬਾਂ ਨੂੰ, ਗਰੀਬਾਂ ਦੇ ਵਿਚਾਰਿਆਂ ਦੇ ਕਾਰਡ ਨਹੀਂ ਬਣੇ, ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਰ ਵੇਖੋ ਜੀ,
ਗੱਲ ਇੱਦਾਂ ਹੈ ਕਿ ਜਿਹੜਾ ਰਾਸ਼ਨ ਗਰੀਬਾਂ ਵਾਸਤੇ ਬਣਿਆ ਵਾ ਜੀ ਤੇ ਉਹ ਅਮੀਰ ਬੰਦੇ ਲੈ ਰਹੇ ਕੋਈ ਚੰਗੀ ਗੱਲ ਨਹੀਂ ਹੈਗੀ ਸਰ ਜੀ ਸਰ ਇਹ ਕਰਕੇ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਵੀ ਵੈਰੀਫਿਕੇਸ਼ਨ ਹੋ ਰਹੀ ਹੈ ਜਿਹੜਾ ਜਿਨ੍ਹਾਂ ਨੂੰ ਚਾਹੀਦਾ ਵਾ ਰਾਸ਼ਨ ਉਹਨਾਂ ਨੂੰ ਮਿਲੇਗਾ ਔਰ ਜਿਨ੍ਹਾਂ ਨੂੰ ਨਹੀਂ ਚਾਹੀਦਾ ਉਹਨਾਂ ਦੇ ਅਸੀਂ ਕੱਟ ਕਾਰਡ ਜਿਹੜੇ ਕੱਟ ਦਿਆਂਗੇ ਜੀ ਹਾਂਜੀ ਸਰ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੇ ਅਸੀਂ ਕਾਰਡ ਜਿਹੜੇ ਆ ਮੌਜੂਦ ਰਹਿਣ ਦਾਂਗੇ ਬਾਕੀ ਜਿਹੜੇ ਆ ਜਿਨ੍ਹਾਂ ਨੂੰ ਨਹੀਂ ਚਾਹੀਦਾ ਬਿਲਕੁਲ ਗਲਤ ਹੋ ਰਿਹਾ ਵਾ ਉਹ ਅਸੀਂ ਨਹੀਂ ਹੋਣ ਦੇਵਾਂਗੇ ਜੀ ਅੱਛਾ ਸਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਸਾਡੇ ਜੋ CM ਨੇ ਪੰਜਾਬ ਦੇ ਉਹਨਾਂ ਨੇ ਇੱਕ ਪੰਜਾਬ ਨਾਲ ਵਾਅਦਾ ਬਹੁਤ ਵੱਡਾ ਕੀਤਾ ਸੀ ਸਰ ਵੀ ਉਹ ਵਾਅਦਾ ਸੀ ਨਸ਼ੇ ਦਾ ਸਰ 4 ਮਹੀਨੇ ਦੇ ਵਿੱਚ ਆਉਂਦੇ ਸੀ ਆਪਾਂ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ ਸਰ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋਈ ਹੁੰਦੀ ਹੈ ਸਰ ਕਿੰਨਾ ਕੁ ਸਰ ਸੁਧਾਰ ਹੋਇਆ ਸਰ ਵਾਅਦਾ ਕੋਈ ਖੋਖਲਾ ਜਿਹਾ ਜਾਪਦਾ ਹਾਂਜੀ ਵੇਖੋ ਜੀ ਸਰ ਜੀ ਨਸ਼ੇ ਦਾ ਜੋ ਤੁਸੀਂ ਗੱਲ ਕੀਤੀ ਆ 9 ਮਹੀਨਿਆਂ ਤੋਂ ਜੋ ਵੀ ਜਦੋਂ ਦੀ ਵੀ ਸਰਕਾਰ ਬਣੀ ਆ ਉਦੋਂ ਦਾ ਤਕਰੀਬਨ ਕਾਫੀ ਫਰਕ ਪੈ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਫਰਕ ਪੈ ਜਾਏਗਾ ਆਉਣ ਵਾਲੇ ਜਿਹੜੇ ਸਰਕਾਰਾਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨੇ ਇਹ ਕੰਮ 'ਤੇ ਧਿਆਨ ਹੀ ਨਹੀਂ ਦਿੱਤਾ ਨਸ਼ੇ ਦੇ ਕੋਈ ਨਹੀਂ ਮਤਲਬ ਕੀਤਾ ਨਾ ਕੋਈ ਨਸ਼ੇ ਦੇ ਜਿਹੜਾ ਵੱਡੇ ਵੱਡੇ ਸੌਦਾਗਰ ਸੀਗੇ ਉਹਨਾਂ ਨੂੰ ਫੜਿਆ ਨਹੀਂ ਜੀ ਇਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹਾ ਟਾਈਮ ਜ਼ਰੂਰ ਲੱਗੂਗਾ ਸਰ ਲੇਕਿਨ ਨਸ਼ੇ ਨੂੰ ਨੱਥ ਜ਼ਰੂਰ ਪਾਊਗੀ ਜੀ ਹਾਂਜੀ ਵੇਖੋ ਜੀ CM ਭਗਵੰਤ ਸਿੰਘ ਜੀ ਮਾਨ ਸਾਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਆ ਕਿ ਉਹ ਹਰ ਇੱਕ ਨਸ਼ੇ ਦੇ ਜੋ ਵੀ ਵੇਚਦਾ ਜਾਂ ਕੋਈ ਇੱਦਾਂ ਦਾ ਨਸ਼ਾ ਪੱਤਾ ਕਰਦਾ ਵਾ ਉਹਨੂੰ ਨੱਥ ਜ਼ਰੂਰ ਪਾਉਣਗੇ ਔਰ ਸਾਨੂੰ ਸਰਦਾਰ ਬਲਬੀਰ ਸਿੰਘ ਪੰਨੂ ਜੋ ਸਾਡੇ ਹਲਕਾ ਇੰਚਾਰਜ ਨੇ ਚੇਅਰਮੈਨ ਸਾਹਿਬ ਨੇ ਉਹਨਾਂ 'ਤੇ ਵੀ ਪੂਰਾ ਯਕੀਨ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਕਤ ਜ਼ਰੂਰ ਲੱਗੂਗਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਸ਼ੇ ਨੂੰ ਜੜੋਂ ਖਤਮ ਕਰਨਗੇ ਜੀ ਹਾਂਜੀ ਸਰ ਅੱਛਾ ਧੰਨਵਾਦ ਜੀ ਅੱਛਾ ਜੀ ਇਹ ਸਨ ਸਾਡੇ ਨਾਲ ਆਮ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਜੀ ਧੰਨਵਾਦ ਜੀ ਖਬਰਾਂ ਦੇ ਇਸ਼ਤਿਹਾਰ ਛਪਾਉਣ ਲਈ ਸਾਡੇ ਨਾਲ ਸੰਪਰਕ ਕਰੋ।